ਸਸਿਕਾਲ ਮੈਂ ਦਵਿੰਦਰ ਕੌਰ ਸੈਣੀ ਹਾਜ਼ਰਾਂ ਤੁਹਾਨੂੰ ਚਿੱਠੀ ਪੱਤਰਾਂ ਦੀ ਸਿੱਖਿਆ ਦੇਣ ਬਾਰੇ ਇਹ ਪੱਤਰ ਹੈ ਤੁਹਾਡਾ ਛੋਟਾ ਭਰਾ ਕਿਤਾਬੀ ਕੀੜਾ ਹੈ ਉਸ ਨੂੰ ਖੇਡਾਂ ਦੀ ਮਹਾਨਤਾ ਦੱਸਦੇ ਹੋਏ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਕਰਦੇ ਹੋਏ ਪੱਤਰ ਲਿਖੋ ਹੁਣ ਆਪਾਂ ਉਵੇਂ ਜਿਵੇਂ ਪਹਿਲੇ ਲਿਖਦੇ ਆ ਸੱਜੇ ਪਾਸੇ ਆਪਾਂ ਆਪਣਾ ਪਤਾ ਲਿਖਣਾ ਹੈ 101 A ਕਮਾ ਸ਼ਹੀਦ ਭਗਤ ਸਿੰਘ ਨਗਰ ਕਮਾ ਪਟਿਆਲਾ ਪਟਿਆਲਾ ਤੋਂ ਬਾਅਦ ਆਪਾਂ ਡੰਡੀ ਪਾ ਦਿਤੀ ਹੈ ਧਿਆਨ ਰੱਖੋ ਕਿ ਜਿੱਥੇ 100 101 ਦਾ 1 ਆਇਆ ਸੀ ਸ਼ਹੀਦ ਭਗਤ ਸਿੰਘ ਦਾ ਬਿਲਕੁਲ ਸ਼ਸ਼ਾ ਜਿਹੜਾ ਉਹਦੇ ਨੀਚੇ ਪਟਿਆਲੇ ਦਾ ਪਪਾ ਉਹਦੇ ਨੀਚੇ ਆਵੇ ਤੇ ਤਰੀ ਕਪਾ ਇੱਥੇ ਪਾ ਰਿਆਂ 24 ਅਗਸਤ ਤੇ ਇਹਦਾ ਜਿਹੜਾ ਦੋ ਹੈ ਬਿਲਕੁਲ ਜਲੰਧਰ ਦੇ ਜੱਜੇ ਦੇ نیچے ਆ ਜਾਏ 24 ਅਗਸਤ 2000 ਅਗੋ ਡੈਸ਼ ਪਾ ਕੇ ਤੇ ਆਪਾਂ ਲਾਸਟ ਵਾਲੀ ਫੁੱਲ ਸਟਾਪ ਪਾ ਦਿੱਤਾ ਹੁਣ ਆਪਾਂ ਇਧਰ ਖੱਬੇ ਹੱਸ ਪਾਸੇ ਫਿਰ ਸ਼ੁਰੂ ਕੀਤਾ ਪਿਆਰੇ ਹਨੀ ਕੋਮਾ ਬਹੁਤ ਬਹੁਤ ਪਿਆਰ ਇੱਥੇ ਵਿਸਮਿਕ ਚਿੰਨ ਪਾ ਸਕਦੇ ਹਾਂ ਕੋਮਾ ਵੀ ਪਾ ਸਕਦੇ ਹਾਂ ਉਸ ਤੋਂ ਅਗਲੀ ਲਾਈਨ ਪਿਆਰੀ ਹਣੀ ਇੱਕ ਲਾਈਨ ਚ ਜੇਕਰ ਆਉਂਦਾ ਹੈ 24 ਅਗਸਤ ਵਾਲੇ ਤੋਂ ਨੀਚੇ ਵਾਲੀ ਲਾਈਨ ਚ ਪਿਆਰੀ ਹਣੀ ਆਪਾਂ ਖੱਬੇ ਪਾਸੇ ਲਿਖਿਆ ਉਸ ਤੋਂ ਅਗਲੀ ਲਾਈਨ ਦੇ ਵਿੱਚ ਜਿੱਥੇ ਹਣੀ ਖਤਮ ਹੁੰਦਾ ਹੈ ਜਿੱਥੇ ਅਜੇ ਕਮਾ ਪਿਆ ਨੰਨੇ ਨੂੰ ਬਿਹਾਰੀ ਉੱਥੋਂ ਸ਼ੁਰੂ ਕਰ ਲਿਆ ਬਹੁਤ ਬਹੁਤ ਪਿਆਰ ਕਮਾ ਪਾ ਲਿਆ ਉਸ ਤੋਂ ਬਾਅਦ ਉਸ ਤੋਂ ਅਗਲੀ ਲਾਈਨ ਚ ਫਿਰ ਆਪਾਂ ਮੈਨੂੰ ਮਾਤਾ ਜੀ ਨੇ ਦੱਸਿਆ ਇੱਥੋਂ ਸ਼ੁਰੂ ਕਰਨਾ ਮੈਨੂੰ ਮਾਤਾ ਜੀ ਨੇ ਫੋਨ ਤੇ ਦੱਸਿਆ ਹੈ ਕਿ ਪਿਛਲੇ ਇਮਤਿਹਾਨਾਂ ਵਿੱਚ ਤੇਰੇ ਬਹੁਤ ਵਧੀਆ ਨੰਬਰ ਆਏ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤੂੰ ਦਿਨ ਰਾਤ ਸਿਰ ਸੁੱਟ ਕੇ ਪੜਨ ਲੱਗਾ ਰਹਿੰਦਾ ਹੈ। ਤੈਨੂੰ ਖਾਣ ਪੀਣ ਦੀ ਵੀ ਕੋਈ ਪਰਵਾਹ ਨਹੀਂ ਰਹਿੰਦੀ। ਭਾਵੇਂ ਤੇਰੀ ਇੰਨੀ ਲਗਨ ਨਾਲ ਪੜ੍ਹਾਈ ਕਰਨ ਦੀ ਮੈਂ ਬਹੁਤ ਕਦਰ ਕਰਦਾ ਹਾਂ ਕਮਾ ਪਰ ਮਾਤਾ ਜੀ ਅਨੁਸਾਰ ਤੇਰੀ ਸੇਤ ਵਿਗੜਦੀ ਜਾ ਰਹੀ ਹੈ ਡੰਡੀ ਸੋ ਤੈਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਿਹਤ ਇੱਕ ਵੱਡਮੁੱਲਾ ਖਜ਼ਾਨਾ ਹੈ ਸੇਤ ਸਹੀ ਰੱਖਣ ਵਾਸਤੇ ਖੇਡਾਂ ਵੀ ਪੜਨ ਜਿੰਨੀਆਂ ਹੀ ਜ਼ਰੂਰੀ ਹਨ ਡੰਡੀ ਅਗਲਾ ਪੈਰਾ ਇਸ ਲਈ ਤੈਨੂੰ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਥੱਕੇ ਹੋਏ ਦਿਮਾਗ ਨੂੰ ਵੀ ਖੇਡਾਂ ਨਾਲ ਆਰਾਮ ਮਿਲਦਾ ਹੈ। ਡੰਡੀ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ। ਡੰਡੀ ਖੂਨ ਵੀ ਸਾਫ਼ ਹੁੰਦਾ ਹੈ। ਫੇਡ ਡੰਡੀ ਕਸਰਤ ਹੋਣ ਕਾਰਨ ਖਾਦਾ ਪੀਤਾ ਹਜ਼ਮ ਹੁੰਦਾ ਹੈ। ਡੰਡੀ ਮਨ ਪਰਸੰਨ ਹੁੰਦਾ ਹੈ। ਤਾਜ਼ੇ ਮਨ ਤੇ ਦਿਮਾਗ ਨਾਲ ਪੜ੍ਹਾਈ ਹੋਰ ਵੀ ਦਿਲਚਸਪ ਲੱਗਦੀ ਹੈ ਡੰਡੀ ਹੁਣ ਅਖੀਰਲੀ ਲਾਈਨ ਅਪਾ ਲਿਖ ਰਹੇ ਹਾਂ ਆਸ ਹੈ ਕਿ ਤੂੰ ਮੇਰੀਆਂ ਗੱਲਾਂ ਤੇ ਗੌਰ ਕਰੇਂਗਾ ਤੇ ਖੇਡਾਂ ਦੀ ਮਹਾਨਤਾ ਨੂੰ ਸਮਝਦਾ ਹੋਇਆ ਇਹਨਾਂ ਨੂੰ ਪੜਨ ਵਾਂਗ ਹੀ ਜ਼ਰੂਰੀ ਸਮਝੇਂਗਾ ਤੇਰਾ ਵੱਡਾ ਵੀਰ ਕੋਮਾ ਜਪਰਾਦ ਸਿੰਘ ਡੰਡੀ ਜਿੱਥੇ 13 ਲਿਖਿਆ ਸੀ ਤੱਤੇ ਦੇ ਬਿਲਕੁਲ نیچے ਜੱਜਾ ਆ ਜਾਏਗਾ ਜਪਰਾਦ ਸਿੰਘ ਠੀਕ ਹੈ ਪਹਿਲੇ ਸੱਜੇ ਹੱਥ ਆਪਣਾ ਐਡਰੈਸ ਫਿਰ ਜਿਹਨੂੰ ਤੁਸੀਂ ਲਿਖਣਾ ਹੈ ਉਹਦੇ ਹਿਸਾਬ ਨਾਲ ਉਹਨੂੰ ਪਿਆਰ ਕਹਿਣਾ ਹੈ ਸਤਿ ਸ਼੍ਰੀ ਅਕਾਲ ਕਹਿਣੀ ਹੈ ਪਿਆਰੇ ਕਹਿਣਾ ਸਤਿਕਾਰਯੋਗ ਕਹਿਣਾ ਉਹ ਕਰਕੇ ਕਤਬਾ ਤੁਸੀਂ ਆਪਣਾ ਜੋ ਵੀ ਮੈਟਰ ਹੈ ਉਹ ਲਿਖਣਾ ਸ਼ੁਰੂ ਕਰ ਦੇਣਾ ਵਾਰਿਸ ਸਰ ਕੋਈ ਜ਼ਰੂਰੀ ਨਹੀਂ ਵੀ ਇਹਨੂੰ ਰੱਟਾ ਮਾਰਿਆ ਜਾਵੇ ਖੇਡਾਂ ਬਾਰੇ ਤੁਹਾਨੂੰ ਜੋ ਵੀ ਕੁਝ ਪਤਾ ਹੈ ਜਿਵੇਂ ਵੀ ਤੁਸੀਂ ਜਾਣਦੇ ਹੋ ਜਿਹਨੂੰ ਸੌਖੀ ਤਰ੍ਹਾਂ ਲਿਖ ਸਕਦੇ ਹੋ ਉਵੇਂ ਤੁਸੀਂ ਲਿਖ ਦਿਓ ਤੇ ਅਖੀਰ ਚ ਦੱਸੋ ਕਿ ਮੈਨੂੰ ਲੱਗਦਾ ਹੈ ਕਿ ਤੂੰ ਮੇਰੀਆਂ ਗੱਲਾਂ ਜ਼ਰੂਰ ਸਮਝ ਗਿਆ ਹੋਵੇਂਗਾ ਠੀਕ ਮੇਰਾ ਖਿਆਲ ਹੈ ਇਹ ਪੱਤਰ ਤੁਸੀਂ اچھی ਤਰ੍ਹਾਂ ਸਮਝ ਲਿਆ ਹੋਵੇਗਾ ਧੰਨਵਾਦ